ਅਸਲਾਮ ਅਲੈਕੁਮ। ਇਸ ਵੇਲੇ ਅਸੀਂ ਗੁਜਰਾਤ ਤੋਂ ਮੋਟਰਵੇ ਦੇ ਜ਼ਰੀਏ, ਸਿਆਲਕੋਟ ਮੋਟਰਵੇ ਦੇ ਜ਼ਰੀਏ ਲਾਹੌਰ ਆ ਰਹੇ ਹਾਂ। ਔਰ ਮੈਂ ਜਦੋਂ ਵੀ ਸਿਆਲਕੋਟ ਮੋਟਰਵੇ ਤੋਂ ਆਉਂਦੀ ਹਾਂ ਤਾਂ ਸੱਚੀ ਗੱਲ ਬੜਾ ਦਿਲ ਖੁਸ਼ ਹੁੰਦਾ। ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕੋਈ ਪਿਕਨਿਕ ਕਰ ਰਿਹਾ ਹੋਵੇ ਬੰਦਾ, ਕਿਉਂਕਿ ਇਤਨੀ ਖੂਬਸੂਰਤ ਹੈ ਮੋਟਰਵੇ। ਔਰ ਫਿਰ ਇਹਦੀ ਖੂਬਸੂਰਤੀ ਦਾ ਰਾਜ਼ ਇਹ ਕਿ ਦਿਆਲੀ ਦੁਆਲੀ ਜਿਹੜੇ ਖੇਤ ਨੇ ਉਹ ਬਹੁਤ ਹੀ ਸੋਹਣੇ ਨੇ। ਇਸ ਵੇਲੇ ਦੇਖੋ ਕਣਕ ਨਾਲ ਸਾਰਾ ਜਿਹੜਾ ਹੈ ਉਹ ਸੋਨੇ ਵਰਗੇ ਖੇਤ ਦਿਸਦੇ ਨੇ ਪਏ, ਔਰ ਸਾਫ਼ ਸੁਥਰਾ ਬੜਾ ਮਾਹੌਲ। ਔਰ ਇਹਦੇ ਨਾਲ ਬੜਾ ਬੜੀ ਸਾਨੂੰ ਸਹੂਲਤ ਹੋ ਗਈ ਹੈ ਕਿ ਸਫ਼ਰ ਬੜਾ ਛੇਤੀ ਵੀ ਕੱਟ ਜਾਂਦਾ। ਔਰ ਜੀ ਟੀ ਰੋਡ ਦੇ ਜਦੋਂ ਵੀ ਤੁਸੀਂ ਜਾਓ ਹਮੇਸ਼ਾ ਉਹਦੀ ਹਾਲਤ ਜਿਹੜੀ ਹੈ ਨਾ ਉਹ ਨਾਜ਼ੁਕ ਹੀ ਹੁੰਦੀ ਹੈ, ਅਤੇ ਉਹ ਵਾਰ ਵਾਰ ਰੁਕਣਾ, ਰਸ਼, ਟੁੱਟੀ ਫੁੱਟੀ ਸੜਕ। ਇਹ ਮੋਟਰਵੇ ਬਹੁਤ ਹੀ ਖੂਬਸੂਰਤ ਕੰਮ ਹੈ। ਔਰ ਇਹ ਬਿਲਕੁਲ ਜਦੋਂ ਇਹ ਬਣ ਜਾਣੀ ਹੈ ਤਕਰੀਬਨ ਸਾਡੇ ਪਿੰਡ ਤੋਂ ਕੋਈ 5 ਮਿੰਟ ਦੇ ਫਾਸਲੇ, 10 ਮਿੰਟ ਦੇ ਫਾਸਲੇ ਤੱਕ ਇਹ ਜਾਣੀ ਹੈ, ਅਤੇ ਫਿਰ ਤਾਂ ਅਸੀਂ ਇੱਕ ਘੰਟੇ ਡੇਢ ਘੰਟੇ ਤੱਕ ਆਪਣੇ ਗਾਉਂ ਚਲੇ ਜਾਵਾਂਗੇ। ਅਤੇ ਇਹਦੇ 'ਤੇ ਕੰਮ ਜਾਰੀ ਹੈ, ਇਨਸ਼ਾਅੱਲਾ ਇਹ ਪੂਰੀ ਜਦੋਂ ਬਣ ਜਾਏਗੀ। ਹੁਣ ਤਾਂ ਸਾਨੂੰ ਗੁਜਰਾਤ ਸ਼ਹਿਰ ਆ ਕੇ ਉਸ ਤੋਂ ਬਾਅਦ ਮੋਟਰਵੇ 'ਤੇ ਆਉਣਾ ਪੈਂਦਾ ਵਜ਼ੀਰਾਬਾਦ ਤੋਂ, ਲੇਕਿਨ ਫਿਰ ਇਹ ਸਾਡੇ ਗਾਉਂ ਤੱਕ ਜਾ ਰਹੀ ਹੈ। ਉਹ ਥੋੜ੍ਹਾ ਹੀ ਫਾਸਲੇ ਤੋਂ ਅਸੀਂ ਇੰਤਜ਼ਾਮ ਕਰਾਂਗੇ। ਅਤੇ ਇੱਧਰ ਦੇਖੋ ਜੀ, ਮਾਸ਼ਾਅੱਲਾ ਜਾਨਵਰ ਚੱਲ ਰਹੇ ਨੇ, ਔਰ ਖੇਤ ਤੁਸੀਂ ਦੇਖੋ ਨਾ ਕਿਤਨੀ ਸੀਨਰੀ ਕਿਹੜੀ ਸੋਹਣੀ ਹੈ ਕਿ ਮੈਦਾਨੀ ਇਲਾਕਾ ਬਿਲਕੁਲ, ਔਰ ਕਣਕਾਂ ਔਰ ਵਿੱਚ ਜਾਨਵਰ, ਮੱਝਾਂ, ਗਾਵਾਂ, ਅਤੇ ਕਿੱਦਾਂ ਸੋਹਣਾ ਮੰਜ਼ਰ ਲੱਗ ਰਿਹਾ। ਔਰ ਉੱਪਰ ਫਿਰ ਆਸਮਾਨ, ਅਤੇ ਬਹੁਤ ਹੀ ਖੂਬਸੂਰਤ। ਰੱਬ ਦਾ ਕਰਮ ਇਸ ਇਲਾਕੇ 'ਤੇ, ਖਾਸ ਸਾਰੇ ਪੰਜਾਬ 'ਤੇ, ਅਤੇ ਇਹ ਇੱਕ ਫਰੈਸ਼ ਹੋ ਜਾਂਦਾ ਬੰਦਾ ਇਸ ਮੋਟਰਵੇ 'ਤੇ ਸਫ਼ਰ ਕਰਦਿਆਂ। ਅਤੇ ਮੈਂ ਬੜੀ ਦੁਆ ਕਰਦੀ ਹਾਂ ਜਿਸ ਬੰਦੇ ਨੇ ਵੀ, ਜਿਤਨੇ ਵੀ ਲੋਕਾਂ ਨੇ ਇਸ ਮੋਟਰਵੇ ਦਾ ਖਾਬ ਸੋਚਿਆ ਔਰ ਇਹਨੂੰ ਫਿਰ ਅਮਲੀ ਸ਼ਕਲ 'ਚ ਲੈ ਕੇ ਆਏ, ਅਤੇ ਇਹੋ ਜਿਹੀਆਂ ਸੜਕਾਂ ਪੂਰੇ ਮੁਲਕ 'ਚ ਹੋਣੀਆਂ ਚਾਹੀਦੀਆਂ ਨੇ। ਸਫ਼ਰ ਨੂੰ ਆਸਾਨ ਹੋਣਾ ਚਾਹੀਦਾ, ਔਰ ਫਿਰ ਆਸਾਨ ਦੇ ਨਾਲ ਨਾਲ ਜਿਹੜਾ ਇੱਕ ਸਹੂਲਤ ਇਹ ਕਿ ਛੇਤੀ ਪਹੁੰਚਣਾ, ਉਹ ਵੀ ਬੜੀ ਗੱਲ ਹੈ, ਕਿਉਂਕਿ ਬੜੀ ਕੂਫਤ ਹੁੰਦੀ ਹੈ ਨਾ ਜਦੋਂ ਬਾਰ ਬਾਰ ਟੁੱਟੀਆਂ ਸੜਕਾਂ ਤੁਹਾਨੂੰ ਗੱਡੀ ਹੌਲੀ ਕਰਨੀ ਪਵੇ, ਰੁਕਣਾ ਪਵੇ, ਫਿਰ ਐਨ ਤਕਲੀਫ ਹੁੰਦੀ ਹੈ ਕਿ ਗੱਡੀ ਤਾਂ ਵਿਚਾਰੀ ਖਿਜਕ ਜਾਂਦੀ ਹੈ। ਅਤੇ ਇਹ ਬਹੁਤ ਹੀ ਰਵਾਂ ਸਫ਼ਰ ਔਰ ਇੱਕ ਕਿਸਮ ਦਾ ਲੱਗਦਾ ਕਿ ਜਿਸ ਤਰ੍ਹਾਂ ਪਿਕਨਿਕ ਕੀਤੀ ਜਾ ਰਹੀ ਹੈ, ਅਤੇ ਬਹੁਤ ਅੱਛਾ ਲੱਗਦਾ। ਦੇਖੋ ਕੋਈ ਹੋਰ ਕਿਆ ਨਜ਼ਾਰਾ, ਵਾਹ ਜੀ ਵਾਹ, ਖੂਬਸੂਰਤ, ਮਾਸ਼ਾਅੱਲਾ ਮਾਸ਼ਾਅੱਲਾ। ਸਲਾਮਤ ਰਵੇ ਮੇਰਾ ਪੰਜਾਬ। ਔਰ ਤੁਸੀਂ ਦੇਖੋ ਜੀ, ਦੂਰ ਤੱਕ ਖੇਤ ਹੀ ਖੇਤ ਨੇ, ਔਰ ਮੈਦਾਨੀ ਇਲਾਕਾ ਹੈ ਇੱਕੋ ਜਿਹਾ, ਔਰ ਉਹਦੇ ਵਿੱਚ ਕਿਧਰੇ ਕਿਧਰੇ ਕੋਈ ਨਿੱਕਾ ਨਿੱਕਾ ਬੂਟਾ ਲੱਗਾ ਹੈ, ਲੇਕਿਨ ਕਣਕ ਔਰ ਕਿਧਰੋਂ ਕਣਕ ਵੱਢ ਦਿੱਤੀ ਗਈ ਹੋਈ ਹੈ, ਔਰ ਥੋੜ੍ਹੇ ਬਸ ਮੁੰਡ ਛੁੰਡ ਨੇ, ਅਤੇ ਬਹੁਤ ਹੀ ਸੋਹਣਾ, ਬਹੁਤ ਹੀ ਸੋਹਣਾ ਮੰਜ਼ਰ। ਔਰ ਅੱਗੇ ਫਿਰ ਤੁਸੀਂ ਦੇਖੋ ਦਰਖਤ, ਔਰ ਕੋਈ
ਉਹਦੇ 'ਚ ਊਂਚ ਨੀਚ ਨਹੀਂ, ਚੜ੍ਹਾਈ ਨਹੀਂ, ਢਲਾਈ ਨਹੀਂ, ਮੈਦਾਨੀ ਇਲਾਕਾ, ਖੇਤ, ਵਾਹ ਵਾਹ ਸੋਹਣੇ ਖੇਤ, ਸੋਨੇ ਵਰਗੇ ਖੇਤ। ਇਹਨਾਂ ਖੇਤਾਂ ਨੂੰ ਆਖਦੇ ਜੇ ਸੋਨਾ, ਸੋਨੇ ਵਰਗੇ ਖੇਤ, ਅਤੇ ਪੰਜਾਬ ਦੀ ਸੋਨਾ ਉਗਲਦੀ ਜ਼ਮੀਨ। ਬਸ ਰੱਬ ਕਰੇ ਕਿ ਇਹ ਜ਼ਮੀਨ ਜਿਹੜੀ ਹੈ ਇੱਥੇ ਕਣਕਾਂ ਹੋਣ, ਇੱਥੇ ਫਸਲਾਂ ਹੋਣ। ਇਹ ਕਲੋਨੀਆਂ ਜਿਹੜੀਆਂ ਬਣਾਈ ਜਾਂਦੇ ਨੇ ਅਤੇ ਬੜੀ ਭੈੜੀ ਗੱਲ ਹੈ, ਇਹਨੂੰ ਰੋਕਣਾ ਚਾਹੀਦਾ ਹੈ। ਗੌਰਮੈਂਟ ਨੂੰ ਚਾਹੀਦਾ ਕਿ ਇਸ ਹਵਾਲੇ ਨਾਲ ਕੋਈ ਕਾਨੂੰਨ ਬਣਾਏ। ਜਿਹੜੇ ਕਬਜ਼ਾ ਮਾਫੀਆ ਨੇ, ਇਹ ਬੜਾ ਗਲਤ ਕੰਮ ਹੁੰਦਾ। ਅਤੇ ਲਾਹੌਰ ਵੀ ਕਿਤਨਾ ਪੋਲੂਟਡ ਸਿਟੀ, ਔਰ ਪੰਜਾਬ ਦੇ ਕਈ ਸ਼ਹਿਰ, ਹਾਲਾਂਕਿ ਇੱਕ ਐਸਾ ਸੂਬਾ ਕਿ ਜਿਹੜਾ ਬਹੁਤ ਹੀ ਜ਼ਰਹੇਜ਼ ਜ਼ਮੀਨ ਦਾ ਭਰਿਆ ਹੋਇਆ, ਉੱਥੇ ਸਬਜ਼ਾ ਹੈ, ਉਹਨੂੰ ਪੋਲੂਟਡ ਨਹੀਂ ਹੋਣਾ ਚਾਹੀਦਾ। ਉਹਦੀ ਤਾਂ ਹਵਾ ਬੜੀ ਸਾਫ਼ ਹੋਣੀ ਚਾਹੀਦੀ ਹੈ। ਅਤੇ ਇਹ ਜਿਹੜੀਆਂ ਨਾਜਾਇਜ਼ ਬਗੈਰ ਇਜਾਜ਼ਤਾਂ ਤੋਂ ਕਲੋਨੀਆਂ ਬਣਾਈ ਜਾਂਦੇ ਨੇ, ਔਰ ਸ਼ਹਿਰੀ ਇਲਾਕਿਆਂ 'ਚ ਫਿਰ ਉੱਥੇ ਫੈਕਟਰੀਆਂ ਲਾਈ ਜਾਂਦੇ ਨੇ, ਉਹਦੇ ਨਾਲ ਮਾਹੌਲ 'ਤੇ ਬੜਾ ਅਸਰ ਪੈ ਰਿਹਾ। ਵਾਹ ਜੀ ਵਾਹ, ਵਾਹ 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 ਵਾਹ। ਮੈਂ ਤਾਂ ਖੇਤਾਂ ਕਹਿਣਾ ਤਾਂ ਮੇਰਾ ਦਿਲ ਖੁਸ਼ ਹੈ, ਰੂਹ ਖੁਸ਼ ਹੈ। ਔਰ ਮੈਨੂੰ ਲੱਗਦਾ ਗੱਡੀ ਦੇ ਨਾਲ ਨਾਲ ਮੈਂ ਦੌੜ ਰਹੀ ਹਾਂ, ਔਰ ਇੱਕ ਅਜੀਬ ਸਰਸ਼ਾਰੀ ਦੀ ਕੈਫੀਅਤ।